ਰੇਡੀ ਸਾਲ 1992 ਵਿੱਚ ਉਹ ਜੁੱਦਿਆ ਵਿੱਚ ਬਾਬਰੀ ਮਸਜਿਦ ਨੂੰ ਢਾਹ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਦੇਸ਼ ਭਰ ਵਿੱਚ ਫਿਰਕੂ ਦੰਗੇ ਹੋਏ ਸਨ ਅਤੇ ਇਨ੍ਹਾਂ ਵਿੱਚ ਸੈਂਕੜੇ ਹੀ ਲੋਕ ਮਾਰੇ ਗਏ ਸਨ ਡੰਡੀ ਸਾਲ 1950 ਵਿੱਚ ਲਿਖਤੀ ਸੰਵਿਧਾਨ ਨੂੰ ਅਪਣਾ ਕੇ ਭਾਰਤ ਨੂੰ ਗਨਤੰਤਰ ਦੇਸ਼ ਐਲਾਨਿਆ ਗਿਆ ਸੀ ਟੰਡੀ ਇਸ ਵਿੱਚ ਹਰ ਨਾਗਰਿਕ ਨੂੰ ਇੱਕੋ ਜਿਹੇ ਅਧਿਕਾਰ ਪ੍ਰਾਪਤ ਸਨ ਅਤੇ ਉਹ ਆਪਣੇ ਧਾਰਮਿਕ ਵਿਸ਼ਵਾਸਾਂ ਮੁਤਾਬਕ ਆਰਾਧਨਾ ਕਰ ਸਕਦਾ ਸੀ ਟੰਡੀ ਇਸ ਦੇ ਨਾਲ ਹੀ ਹਰ ਜਾਤ ਜਾਂ ਬਿਰਾਦਰੀ ਨਾਲ ਸੰਬੰਧ ਰੱਖਣ ਵਾਲੇ ਨਾਗਰਿਕ ਦੇ ਅਧਿਕਾਰ ਵੀ ਬਰਾਬਰ ਸਨ ਡੰਡੇ ਪਰ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਜਿਸ ਤਰ੍ਹਾਂ ਥਾਪ ਔਰ ਥਾ ਫਿਰ ਕੁਦੰਗੇ ਹੁੰਦੇ ਰਹੇ ਧਾਰਮਿਕ ਸਥਾਨਾਂ ਨੂੰ ਲੈ ਕੇ ਝਗੜੇ ਬਦਨ ਲੱਗੇ ਅਤੇ ਪੋਤੇ ਅਜਿਹੇ ਸਥਾਨਾਂ ਉੱਤੇ ਬੱਖ ਬੱਖ ਫਿਰ ਕਿਆ ਬਲੋ ਆਪੋ ਆਪਣੇ ਹੱਕ ਜਿਤਾਏ ਜਾਣ ਲੱਗੇ ਤਾਂ ਇਸ ਤੋਂ ਪੈਦਾ ਹੁੰਦੇ ਖਤਰਨਾਕ ਅਤੇ ਅਤ ਭਾਵਕ ਹਾਲਾਤ ਨੂੰ ਦੇਖਦਿਆਂ ਦੇਸ਼ ਦੀ ਪਾਰਲੀਮੈਂਟ ਨੇ 1991 ਵਿੱਚ ਇੱਕ ਕਾਨੂੰਨ ਪਾਸ ਕੀਤਾ ਸੀ ਕਿ 15 ਅਗਸਤ 1947 ਨੂੰ ਦੇਸ਼ ਵਿੱਚ ਜੋ ਧਾਰਮਿਕ ਸਥਾਨਾ ਦੀ ਸਥਿਤੀ ਸੀ ਉਵੇਂ ਹੀ ਬਣੀ ਰਹੇਗੀ ਅਤੇ ਉਸ ਵਿੱਚ ਕਿਸੇ ਤਰ੍ਹਾਂ ਦੀ ਤਬਦੀਲੀ ਨਹੀਂ ਕੀਤੀ ਜਾ ਸਕੇਗੀ ਡੰਡੀ ਪਰ ਉਸ ਸਮੇਂ ਉਹ ਜੁਦਿਆ ਵਿੱਚ ਰਾਮ ਮੰਦਰ ਤੇ ਬਾਬਰੀ ਮਸਜਿਦ ਦੇ ਵਿਵਾਦ ਨੂੰ ਇਸ ਵਿੱਚੋਂ ਬਾਹਰ ਰੱਖਿਆ ਗਿਆ ਸੀ ਡੰਡੀ ਚਾਹੇ ਸੁਪਰੀਮ ਕੋਰਟ ਨੇ ਦਹਾਕਿਆਂ ਦੀ ਪਰਕਿਰਿਆ ਤੋਂ ਬਾਅਦ ਠਾਹ ਦਿੱਤੀ ਗਈ ਮਸਜਿਦ ਦੀ ਥਾਂ ਉੱਤੇ ਮੰਦਰ ਰੈਡੀ ਬਣਾਉਣ ਦਾ ਫੈਸਲਾ ਤਾਂ ਸੁਨਾ ਦਿੱਤਾ ਪਰ ਉਸ ਸਮੇਂ ਵੀ ਸਰਬਉੱਚ ਅਦਾਲਤ ਨੇ ਧਾਰਮਿਕ ਸਥਾਨਾਂ ਸਬੰਧੀ ਪਾਰਲੀਮੈਂਟ ਵੱਲੋਂ 1991 ਵਿੱਚ ਬਣਾਏ ਗਏ ਕਾਨੂੰਨ ਨੂੰ ਜਾਇਜ਼ ਠਹਿਰਾਉਂਦੇ ਹੋਏ 181 ਕੇ ਸੰਵਿਧਾਨ ਦੀਆਂ ਪਰਿਪੱਕ ਧਾਰਨਾਵਾਂ ਦੀ ਰਾਖੀ ਇਸੇ ਤਰ੍ਹਾਂ ਹੀ ਕੀਤੀ ਜਾ ਸਕਦੀ ਹੈ ਡੰਡੀ ਪਰ ਕੁਝ ਮੂਲਵਾਦੀ ਜਥੇਬੰਦੀਆਂ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਮਿੱਥਿਆ ਏਜੰਡਾ ਅਜਿਹੇ ਕਾਨੂੰਨ ਨੂੰ ਮੰਨਣ ਤੋਂ ਇਨਕਾਰੀ ਹੈ ਡੰਡੀ ਇਨ੍ਹਾਂ ਸੰਗਠਨਾ ਦੇ ਸਿਆਸੀ ਆਗੂਆਂ ਵੱਲੋਂ ਉਹ ਜੁੱਦਿਆਂ ਤੋਂ ਬਾਅਦ ਹੁਣ ਕਾਂਸੀ ਅਤੇ ਮਥੁਰਾ ਦੀ 바ਰੀ ਹੈ ਬੜਗੇ ਤਿੱਖੇ ਬਿਆਨ ਦੇ ਕੇ ਖਤਰਨਾਕ ਸਿਆਸੀ ਖੇਡ ਖੇਡਣੀ ਸ਼ੁਰੂ ਕਰ ਦਿੱਤੀ ਗਈ ਹੈ ਡੰਡੀ ਸੰਗ ਪਰਿਵਾਰ ਪਿਛਲੇ ਸੈਂਕੜੇ ਵਰਿਆਂ ਦੇ ਇਤਿਹਾਸ ਨੂੰ ਫੋਲਦਾ ਰਿਹਾ ਹੈ ਅਤੇ ਦਾਵਾ ਕਰਦਾ ਰਿਹਾ ਹੈ ਕਿ ਬਹਰੀ ਹਮਲਾਵਰਾ ਨੇ ਸਮੇਂ-ਸਮੇਂ ਸੈਂਕੜੇ ਹੀ ਹਿੰਦੂ ਮੰਦਰਾਂ ਨੂੰ ਤੋੜ ਕੇ ਉੱਥੇ ਮਸਜਿਦਾਂ ਬਣਾਈਆਂ ਸਨ ਡੰਡੇ ਸੈਂਕੜੇ ਬਰੇ ਤਾਂ ਕਿਸੇ ਦਾ ਇੰਨਾ ਸਥਾਨਾਂ ਵੱਲ ਉਂਗਲ ਚੁੱਕਣ ਦਾ ਹੌਸਲਾ ਨਹੀਂ ਪਿਆ ਪਰ ਪਿਛਲੇ ਕੁਝ ਸਮੇਂ ਤੋਂ ਭਾਜਪਾ ਉੱਜਵ ਹੋਰ ਮੂਲਵਾਦੀ ਸੰਗਠਨਾ ਨਾਲ ਰਲ ਕੇ ਇਸ ਮਸਲੇ ਨੂੰ ਚੁੱਕਣ ਲਈ ਯਤਨਸ਼ੀਲ ਰਹੀ ਹੈ ਟੰਡੀ ਉਹ ਜੁਦਿਆ ਵਿੱਚ ਬਾਬਰੀ ਮਸਜਿਦ ਨੂੰ ਟਾਹਣ ਤੋਂ ਬਾਅਦ ਜੋ ਮੁਕਦਮੇ ਚੱਲੇ ਸਨ ਉਹਨਾਂ ਵਿੱਚ ਵੀ ਭਾਜਪਾ ਅਤੇ ਹੋਰ ਹਿੰਦੂਤਵੀ ਸੰਗਠਨਾ ਦੇ ਵੱਡੇ ਨੇਤਾਵਾਂ ਨੂੰ ਹੀ ਨਾਮ ਜਦ ਕੀਤਾ ਗਿਆ ਸੀ ਡੰਡੇ ਹਾਲਾਤ ਨੂੰ ਵੇਖਦਿਆਂ ਬਾਜਪਾ ਅੰਦਰ ਇਹ ਵਿਸ਼ਵਾਸ ਵੀ ਪੈਦਾ ਹੁੰਦਾ ਰਿਹਾ ਹੈ ਕਿ ਉਹ ਆਪਣੇ ਫਿਰਕੂ ਏਜੰਡੇ ਨੂੰ ਅੱਗੇ ਪਧਾ ਕੇ ਹੀ ਆਪਣੀ ਹਕੂਮਤ ਨੂੰ ਮਜ਼ਬੂਤ ਬਣਾਈ ਰੱਖ ਸਕਦੀ ਹੈ ਡੰਡੇ ਇਸ ਲਈ ਉਹ ਸਥਾਪਿਤ ਧਰਮ ਨਿਰਪੱਖ ਤੇ ਲੋਕਤੰਤਰੀ ਪਰੰਪਰਾਵਾਂ ਨਾਲ ਵੀ ਛੇੜਛਾੜ ਕਰ ਸਕਦੀ ਹੈ ਡੰਡੀ